ਹੁਣ ਜਦੋਂ BC ਦੀ ਸਰਕਾਰ ਖੁਦ ਮੰਨਦੀ ਹੈ ਕਿ ਇਹ ਟਰਮ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਵਾਲੀ ਹੈ ਤਾਂ ਫਿਰ ਅਜਿਹਾ ਕੰਮ ਕਿਉਂ ਕੀਤਾ ਜਾ ਰਿਹਾ ਹੈ? ਉਹਨਾਂ ਦੇ ਵਿੱਚ ਇੱਕ ਦਾ ਦੁਸ਼ਮਣ, ਦੂਸਰੇ ਦਾ ਦੋਸਤ, ਇੱਕ ਦਾ ਸ਼ਹੀਦ, ਦੂਸਰੇ ਦਾ ਕਾਤਲ, ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲੇ, ਹਮਲਾਵਰ ਅਤੇ ਹਮਲਾ ਸਹਿਣ ਵਾਲੇ ਇੱਕ ਮਿਊਜ਼ੀਅਮ ਦੇ ਵਿੱਚ ਕਿਹੜੇ ਇਤਿਹਾਸ ਨੂੰ ਪੇਸ਼ ਕਰਨਗੇ? ਫਿਰ ਰੈਜੀਡੈਂਸ਼ੀਅਲ ਸਕੂਲ ਬਣੇ ਜਿਨ੍ਹਾਂ 'ਤੇ ਜ਼ੁਲਮ ਕਰਨ ਵਾਲਿਆਂ ਅਤੇ ਜ਼ੁਲਮ ਸਹਿਣ ਵਾਲਿਆਂ ਦੋਨਾਂ ਨੂੰ ਇੱਕ ਮੰਚ 'ਤੇ ਰੱਖਿਆ ਜਾ ਸਕਦਾ? ਕੀ ਉਹਨਾਂ ਰੈਜੀਡੈਂਸ਼ੀਅਲ ਸਕੂਲਾਂ 'ਚ ਜਿਨ੍ਹਾਂ 'ਚ ਨਸਲਕੁਸ਼ੀ ਹੋਈ ਮੂਲ ਨਿਵਾਸੀਆਂ ਦੀ, ਉੱਥੇ ਜ਼ੁਲਮ ਕਰਨ ਵਾਲਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ? ਪਰ ਇਹ ਮਿਊਜ਼ੀਅਮ ਦੀ ਗੱਲ ਹੈ, ਇਹ ਕੋਈ ਇੱਕ ਰਾਜਸੀ ਹਿੱਤ ਨੂੰ ਪੂਰੀ ਕਰਕੇ ਆਪਣੀ ਰਾਜਨੀਤੀ ਨੂੰ ਉਸ ਨੂੰ ਪੱਠੇ ਪਾਉਣ ਵਾਲੀ ਕੋਸ਼ਿਸ਼ ਨਾ ਕਰੋ। ਇਹ ਗੱਲ ਗਲਤ ਹੈ। ਵੋਟਾਂ ਦੀ ਰਾਜਨੀਤੀ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੀ ਟਰਮ ਵਰਤ ਕੇ ਫਿਰ ਤੁਸੀਂ ਉਹਨਾਂ ਨੂੰ ਗੁੰਮਰਾਹ ਕਰਦੇ ਹੋ। ਇਹ ਲੋਕਾਂ ਦੇ ਵੱਲੋਂ ਕਦੇ ਵੀ ਸਵੀਕਾਰ ਨਹੀਂ ਹੋ ਸਕਦੀ। ਸਾਊਥ ਏਸ਼ੀਅਨ, ਇਹ ਸ਼ਬਦ ਬੜਾ ਦਿੱਕਤ ਭਰਪੂਰ ਹੈ, ਜਿਸ ਦੇ ਵਿੱਚ ਕਿਸੇ ਵੀ ਵੱਖਰੀ ਦਿੱਖ ਜਾਂ ਪਛਾਣ ਦਾ ਮਿਲਗੋਭਾ ਕਰਦਿਆਂ ਹੋਇਆਂ ਇਸ ਨੂੰ ਸਾਰਿਆਂ ਨੂੰ ਇੱਕ ਥਾਂ 'ਤੇ ਲਪੇਟੇ 'ਚ ਲਿਆ ਜਾ ਰਿਹਾ ਹੈ। ਅਤੇ ਦੁੱਖ ਇਸ ਗੱਲ ਦਾ ਹੈ ਕਿ ਇੰਨੀ ਦਿਨੀ ਸਾਊਥ ਏਸ਼ੀਅਨ ਮਿਊਜ਼ੀਅਮ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਜਿਸ ਬਾਰੇ ਪਹਿਲਾਂ ਵੀ ਇਤਰਾਜ਼ ਉੱਠੇ ਨੇ। ਹਾਲ ਹੀ ਵਿੱਚ ਅੱਜ BC ਸਰਕਾਰ ਦੇ ਟੂਰਿਜ਼ਮ, ਆਰਟਸ, ਕਲਚਰ, ਸਪੋਰਟਸ ਵਿਭਾਗ ਨੇ ਇੱਕ ਪਬਲਿਕ ਅਨਾਊਂਸਮੈਂਟ ਕੀਤੀ ਹੈ ਕਿ ਅਕਤੂਬਰ 2023 ਤੋਂ ਜੂਨ 2024 ਤੱਕ ਇਸ ਬਾਰੇ ਖਿਆਲਾਤ ਵਿਚਾਰ ਲਏ ਜਾਣਗੇ। ਇੱਕ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਐਮ ਜੌਹਲ, ਬਲਵੀਰ ਗੁਰਮ, ਹੱਕ ਚੀਮਾ, ਹਰਜੀਤ ਢਿੱਲੋਂ, ਹਰੁਣ ਖਾਨ, ਹਰਪੋ ਮੰਡੇਰ, ਜੀਵਨ ਸੰਘਾ, ਜਿੰਦਰ ਕਰੀਮਾ, ਪਰਮਿੰਦਰ ਵਿਰਕ, ਅਨੇਸਾ ਸਾਹਿਲ ਅਤੇ ਉਪਕਾਰ ਤਤਲੀ ਅਤੇ ਇਹ ਸਾਰੇ ਵਿਅਕਤੀ ਸ਼ਾਮਲ ਨੇ। ਇਹ ਨਾਮ ਦੇ ਕੇ ਇਹ ਕਿਹਾ ਗਿਆ ਕਿ ਸਾਊਥ ਏਸ਼ੀਅਨ ਦੇ ਬਾਰੇ ਜਿਹੜੀ ਇਹ ਟਰਮ ਹੈ, ਇਹ ਖਾਸ ਤੌਰ 'ਤੇ ਜੋੜਨ ਵਾਲੀ ਅਤੇ ਵੰਡਣ ਵਾਲੀ ਦੋਨੇ ਤਰ੍ਹਾਂ ਦੀ ਹੈ। ਹੁਣ ਜਦੋਂ BC ਦੀ ਸਰਕਾਰ ਖੁਦ ਮੰਨਦੀ ਹੈ ਕਿ ਇਹ ਟਰਮ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਵਾਲੀ ਹੈ ਤਾਂ ਫਿਰ ਅਜਿਹਾ ਕੰਮ ਕਿਉਂ ਕੀਤਾ ਜਾ ਰਿਹਾ ਹੈ? ਉਸ ਤੋਂ ਵੀ ਵੱਡੀ ਗੱਲ ਕਿ ਤੁਸੀਂ ਜਿਸ ਤਰ੍ਹਾਂ ਦਾ ਮਿਊਜ਼ੀਅਮ ਬਣਾਉਣਾ ਚਾਹੁੰਦੇ ਹੋ ਉਸਦਾ ਸਾਊਥ ਏਸ਼ੀਅਨ ਨਾਂ ਰੱਖ ਕੇ ਕੀ ਸਾਬਤ ਕਰੋਗੇ ਅਤੇ ਕੀ ਪੇਸ਼ ਕਰੋਗੇ? ਸਾਊਥ ਏਸ਼ੀਅਨ ਦੇ ਵਿੱਚ ਵੱਖ ਵੱਖ 8 ਦੇਸ਼, ਜਿਨ੍ਹਾਂ ਦੇ ਵਿੱਚ ਭਾਰਤ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਬੰਗਲਾਦੇਸ਼ ਹੈ, ਮਾਲਦੀਪ ਹੈ, ਸ਼੍ਰੀਲੰਕਾ ਹੈ, ਨੇਪਾਲ ਅਤੇ ਭੂਟਾਨ, ਇਹ ਵਗੈਰਾ, ਇਹ ਸਾਰੇ ਦੇਸ਼ ਇੱਕ ਥਾਂ 'ਤੇ ਕਿਸ ਤਰ੍ਹਾਂ ਰੱਖੋਗੇ? ਜਿਹੜੇ ਦੇਸ਼ਾਂ ਦੀ ਵੰਡ ਹੋਈ ਉਹਨਾਂ ਦੇ ਵਿੱਚ ਇੱਕ ਦਾ ਦੁਸ਼ਮਣ, ਦੂਸਰੇ ਦਾ ਦੋਸਤ, ਇੱਕ ਦਾ ਸ਼ਹੀਦ, ਦੂਸਰੇ ਦਾ ਕਾਤਲ, ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲੇ, ਹਮਲਾਵਰ ਅਤੇ ਹਮਲਾ ਸਹਿਣ ਵਾਲੇ ਇੱਕ ਮਿਊਜ਼ੀਅਮ ਦੇ ਵਿੱਚ ਕਿਹੜੇ ਇਤਿਹਾਸ ਨੂੰ ਪੇਸ਼ ਕਰਨਗੇ? ਜ਼ਰਾ ਕੁ ਜੇ ਤੁਸੀਂ ਸਾਰਿਆਂ ਨੂੰ, ਪੂਰੇ ਸਾਊਥ ਏਸ਼ੀਅਨ ਨੂੰ, ਇਹਨਾਂ ਦੇਸ਼ਾਂ ਨੂੰ ਇੱਕ ਥਾਂ 'ਤੇ ਮੰਚ 'ਤੇ ਇੱਕ ਮੁੱਠ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਦੱਸੋ ਕਿ ਕੀ ਤੁਸੀਂ ਕੈਨੇਡਾ, ਅਮੈਰੀਕਾ ਨੂੰ ਨੌਰਥ ਅਮੈਰੀਕਾ ਹੁਣ ਵੀ ਰੱਖਣਾ ਚਾਹੁੰਦੇ ਹੋ? ਪਹਿਲਾਂ ਇਹ ਨਾਮ ਰੱਖੋ ਕਿ ਅਸੀਂ ਨੌਰਥ ਅਮੈਰੀਕਾ ਦੇ ਵਸਨੀਕ ਹਾਂ, ਉੱਥੇ ਅਸੀਂ ਇਸ ਗੱਲ ਨੂੰ ਸਾਂਝੇ ਮਿਊਜ਼ੀਅਮ ਦੇ ਵਿੱਚ ਇਸਟੈਬਲਿਸ਼ ਕਰ ਸਕਦੇ ਹਾਂ। ਫਿਰ ਰੈਜੀਡੈਂਸ਼ੀਅਲ ਸਕੂਲ ਬਣੇ ਜਿਨ੍ਹਾਂ 'ਤੇ ਜ਼ੁਲਮ ਕਰਨ ਵਾਲਿਆਂ ਅਤੇ ਜ਼ੁਲਮ ਸਹਿਣ ਵਾਲਿਆਂ ਦੋਨਾਂ ਨੂੰ ਇੱਕ ਮੰਚ 'ਤੇ ਰੱਖਿਆ ਜਾ ਸਕਦਾ? ਕੀ ਉਹਨਾਂ ਰੈਜੀਡੈਂਸ਼ੀਅਲ ਸਕੂਲਾਂ 'ਚ ਜਿਨ੍ਹਾਂ 'ਚ ਨਸਲਕੁਸ਼ੀ ਹੋਈ ਮੂਲ ਨਿਵਾਸੀਆਂ ਦੀ, ਉੱਥੇ ਜ਼ੁਲਮ ਕਰਨ ਵਾਲਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ? ਉਸ ਤੋਂ ਅੱਗੇ ਕੀ ਅੱਜ ਤੱਕ ਵੈਸਟਰਨ ਯੂਰੋਪੀਅਨ ਕੰਟਰੀਜ਼ ਦਾ ਕੋਈ ਸਮੂਹ ਬਣਿਆ, ਉਸ ਦੀ ਗੱਲ ਹੋਈ ਹੈ? ਹੁਣ ਹੀ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਯੂਕਰੇਨ ਹੈ, ਇੱਕ ਪਾਸੇ ਰਸ਼ੀਆ, ਕੱਲ੍ਹ ਨੂੰ ਕੋਈ ਉੱਠ ਕੇ ਇਹ ਕਹੇ ਕਿ ਅਸੀਂ ਸੋਵੀਅਤ ਮਿਊਜ਼ੀਅਮ ਬਣਾਉਣਾ ਚਾਹੁੰਦੇ ਹਾਂ ਜਿਸ ਦੇ ਵਿੱਚ ਇੱਕੋ ਥਾਂ 'ਤੇ ਯੂਕਰੇਨ ਅਤੇ ਰੂਸ ਨੂੰ ਰੱਖਾਂਗੇ, ਕੀ ਇਸ 'ਤੇ ਕੋਈ ਸਹਿਮਤ ਹੋ ਸਕਦਾ? ਇਸ ਤੋਂ ਵੀ ਪਿੱਛੇ ਜਾਈਏ, ਇੱਕ ਪਾਸੇ ਜੋ ਜਰਮਨ ਹੈ ਅਤੇ ਦੂਸਰੇ ਪਾਸੇ ਇਜ਼ਰਾਈਲ ਹੈ, ਕੋਈ ਕੱਲ੍ਹ ਨੂੰ ਇਹ ਕਹੇ ਕਿ ਮੈਂ ਦੋਨਾਂ ਦੇ ਖਿੱਤਿਆਂ ਨੂੰ ਇੱਕ ਥਾਂ 'ਤੇ ਰੱਖ ਕੇ ਇੱਕ ਸਾਂਝਾ ਮਿਊਜ਼ੀਅਮ ਬਣਾਉਣਾ ਚਾਹੁੰਦਾ, ਕੀ ਹੋ ਸਕਦਾ? ਜਾਂ ਅੱਜ ਦੀ ਤਾਰੀਖ, ਇੱਕ ਪਾਸੇ ਫਲਸਤੀਨ, ਦੂਸਰੇ ਪਾਸੇ ਇਜ਼ਰਾਈਲ, ਇਹ ਗੱਲਾਂ ਕਦੇ ਵੀ ਨਹੀਂ ਜੱਚਦੀਆਂ। ਜੇਕਰ ਸੱਚਮੁੱਚ ਇਮਾਨਦਾਰੀ ਨਾਲ ਇਹ ਮਿਊਜ਼ੀਅਮ ਬਣਾਉਣਾ ਤਾਂ ਇਸ ਦਾ ਨਾਂ ਇਸ ਤਰ੍ਹਾਂ ਮਿਲਗੋਭੇ ਵਾਲਾ ਨਹੀਂ ਰੱਖਣਾ ਚਾਹੀਦਾ। ਪਹਿਲਾਂ ਪਹਿਲ ਸਾਡੇ ਬਜ਼ੁਰਗਾਂ ਨੂੰ ਹਿੰਦੂ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਉਹ ਇੱਕ ਨਸਲਵਾਦੀ ਟਰਮ ਸੀ। ਉਸ ਤੋਂ ਬਾਅਦ ਪਾਕੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਉਸ ਦਾ ਵਿਰੋਧ ਹੋਇਆ। ਅੱਜ ਸਾਊਥ ਏਸ਼ੀਅਨ ਕਹਿ ਕੇ ਜੋ ਕੁਝ ਕੀਤਾ ਜਾ ਰਿਹਾ ਇਹ ਵੀ ਨਸਲਵਾਦੀ ਹੈ। ਅਫਸੋਸ ਇਸ ਗੱਲ ਦਾ, ਸਾਡੀਆਂ ਯੂਨੀਵਰਸਿਟੀਆਂ 'ਚ ਚਿਹਰਾ ਸਾਊਥ ਏਸ਼ੀਅਨ, ਸਾਡੇ ਵਿਭਾਗ ਗਰੁੱਪ ਸਾਊਥ ਏਸ਼ੀਅਨ, ਅਸੀਂ ਇਹ ਸਾਰੇ ਮਾਹੌਲ ਨੂੰ ਜਿਸ ਤਰ੍ਹਾਂ ਪੇਸ਼ ਕਰ ਰਹੇ ਹਾਂ
म्यूजियम के रूप च यह नाकाबले बर्दाश्त है। हाँ कोई बिजनेस के वास्ते देशों का समूह बनाना साउथ एशियन कंट्रीज का तुसी बना सकते हो, जिवें कि दुनिया च वख-वख तरह के ग्रुप बने ने, किसी नूं इतराज नहीं होएगा, पर यह म्यूजियम की गल है। यह कोई एक राजसी हित नूं पूरी करके अपनी राजनीति नूं उस नूं पट्ठे पाउण वाली कोशिश ना करो, यह गल गलत है। वोटां की राजनीति दे विच साउथ एशियन भाईचारे की टर्म वरत के फिर तुसी उन्हां नूं गुमराह करदे हो, यह लोकां दे वल्लों कदे भी स्वीकार नहीं हो सकती। बजाते खुद मैं अपने आप नूं कनेडियन सिख खवाउणा चंगा महसूस करांगा जां सिख कनेडियन जां पंजाबी सिख कनेडियन, बल्कि यह सारे दे विच साउथ एशियन नूं बिल्कुल ही किते भी सहमति नहीं देवांगा। इसे तरह आस की जा सकती है कि सरकार नूं अपने गलत फैसले नूं ठीक करना चाहिए। साउथ एशियन म्यूजियम टर्म जड़ी है वह साडे वास्ते नुकसानदेह होएगी। कल नूं की असीं अपने इकट्ठा दे नां साउथ एशियन रखांगे, कल नूं परेड हुंदी है उहनूं साउथ एशियन परेड कहांगे, नगर कीर्तन दे विच सारे शामिल हुंदे ने कल नूं उहनां दे नां रखांगे, जां अपने अपने जिहड़े विरसे दे स्थान ने उहनां दे नां बदलांगे। इह सभ्याचारक तौर ते म्यूजियम जिहड़े हन उह किसे दे लई अजायब घर पछाण चिन्ह हुंदे ने, जुल्म सहण वाले ते जुल्म करन वाले कदे इक थां नहीं हो सकते। बल्कि हुण तां इत्थों तक कि इंडियन स्टेट दे जुल्म भी जिहड़े लोकां ते खास तौर ते सिखां ते घट गिणतियां ते वध रहे ने, ते सिख भी अपना आप जे म्यूजियम बनाउणगे तां इक सिख म्यूजियम नूं पहल देणगे, ना कि इस तरह दे एक इंडियन म्यूजियम जिस दे विच सिखां दी ज़ियारती, उहनां दी नसलकुशी जां होर घट गिणतियां दी, दलितां दी जां होर भाईचारियां दी धक्केशाही दी गल ना होवे। सो अखीर च इही है कि सरकारां नूं साउथ एशियन शब्द इस्तेमाल करन तों गुरेज करना चाहीदा। इह कोई मनोरंजन दा केंद्र नहीं, म्यूजियम ज्ञान दा केंद्र हुंदे ने, सच दा केंद्र हुंदे ने, ते इहनां दे नावां नूं सही अर्थां च वरतना ही जायज़ हो सकदा है। धन्नवाद।